ਵਾਲੇ ਨੂੰ ਪੁੱਛ, ਪ੍ਰਧਾਨ ਮੰਤਰੀ ਜੱਫੀਆਂ ਕਿਹਨੂੰ ਪਾਉਂਦਾ ਸੀ ਤੇ ਗੋਡੀ ਹੱਥ ਕਿਹਦੇ ਲਾਉਂਦਾ ਸੀ? ਪੁੱਛ ਨਾ ਕਿ ਬਿਨ ਬੁਲਾਏ ਤੇਰਾ ਪ੍ਰਧਾਨ ਮੰਤਰੀ ਜਾਏ ਉਹ ਠੀਕ ਹੈ, ਤੁਮ ਕਰੋ ਤੋ ਰਾਸਲੀਲਾ, ਸਿੱਧੂ ਕਰੇ ਤੋ ਕਰੈਕਟਰ ਢੀਲਾ। ਹਾਂ, ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਜਾ ਕੇ ਉੱਥੇ ਜੱਫੀਆਂ ਪਾ ਕੇ ਬਿਨ ਬੁਲਾਏ ਗਏ ਤੇ ਸਿੱਧੂ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆਈ? ਹੈਂ, ਤੁਸੀਂ ਲਿਆਏ? ਇੱਕ ਮਿੰਟ ਸੁਣ, ਇਹਨੂੰ ਕਹਾਂ ਆਪਣੇ ਚੀਫ ਮਿਨਿਸਟਰ ਨੂੰ ਪੁੱਛ, ਉਹ ਕਹਿੰਦਾ ਭੇਡੂ ਉੱਥੋਂ ਗਿਫਟ ਲਿਆਇਆ ਸੀ ਤੇ ਜੇ ਨਵਜੋਤ ਸਿੰਘ ਸਿੱਧੂ ਚੈੱਕ ਦਿਖਾਊਗਾ 21 ਲੱਖ ਰੁਪਏ ਦੇ ਭੇਡੂ ਖਰੀਦ ਕੇ ਲਿਆਇਆ ਉੱਥੋਂ। 21 ਲੱਖ ਰੁਪਏ ਦਾ ਜਾ ਕਹਿ ਸ਼ਵੇਤ ਮਲਿਕ ਨੂੰ, ਕਿਆ ਬੈਠ ਤੇ ਤੈਨੂੰ ਦਿਖਾਉਣਾ ਮੈਂ 21 ਲੱਖ ਰੁਪਏ ਦੇ ਭੇਡੂ ਲੈ ਕੇ ਆਇਆ ਸੀਗਾ ਤੇਰਾ ਮੁੱਖ ਮੰਤਰੀ। ਹੈਂ, ਤੇ ਤੂੰ ਗੱਲਾਂ ਕਰਦਾ ਓਏ, ਚਿਮਚਾ ਵੀ ਨਹੀਂ ਠੀਕ, ਤੂੰ ਚਿਮਚਾ ਵੀ ਜੇ ਖਾਲਸ ਹੁੰਦਾ ਨਾ ਤੇ ਮੁੜਦਾ ਪਿੜਦਾ ਨਾ। ਹੈਂ,